ਸਿਆਸਤ ਵਪਾਰ ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਡੇਨਿਕ ਸਵੇਰਾ ਟਾਈਮਸ ਤੋਂ ਦੱਸਦੀ ਹੈ ਕਿ ਬੀਤੇ ਦਿਨੀ ਕਰੋਨਾ ਵਾਇਰਸ ਦੇ ਪੋਜ਼ਿਟਿਵ ਆਨ ਕਰਕੇ ACP ਨੌਰਥ ਅਨਿਲ ਕੋਹਲੀ ਦੀ ਜਿੱਥੇ ਮੌਤ ਹੋ ਚੁੱਕੀ ਆ ਉੱਥੇ ਬਸਤੀ ਜੋਧੇਵਾਲ ਦੇ ਤਿੰਨ ਪੁਲਿਸ ਮੁਲਾਜ਼ਮ ਵੀ ਸੰਪਰਕ ਦੇ ਵਿੱਚ ਆਏ ਸਨ ਉਹਨਾਂ ਦੇ ਜਿਨ੍ਹਾਂ ਵਿੱਚੋਂ ਇੱਕ SHO, ASI ਤੇ ਇੱਕ ਉਹਨਾਂ ਦਾ ਡਰਾਈਵਰ ਹੈ ਇਸ ਸਮੇਂ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਲੁਧਿਆਣਾ ਦੇ ਬਸਤੀ ਜੋਧੇਵਾਲ ਦੀਆਂ ਨੇ ਜਿੱਥੇ ਕਿ ਇਹ ਪੁਲਿਸ ਮੁਲਾਜ਼ਮ ਆਪਦਾ ਕੰਮ ਕਰਦੇ ਸੀਗੇ ਔਰ ਜਿਹੜਾ ਇਹਨਾਂ ਦਾ ਡਰਾਈਵਰ ਹੈ ਉਸ ਤੋਂ ਬਾਅਦ ਆਪਦੇ ਪਿੰਡ ਮੋਗੇ ਦੇ ਵਿੱਚ ਪਹੁੰਚ ਗਿਆ ਸੀ ਉੱਥੇ ਜਾਣ ਤੋਂ ਬਾਅਦ ਦੋ ਪਰਿਵਾਰਾਂ ਦੇ ਨਾਲ ਸੰਪਰਕ ਦੇ ਵਿੱਚ ਆਇਆ ਹਾਲਾਂਕਿ ਉਹਨਾਂ ਦੀ ਜਿਹ ਰਿਪੋਰਟ ਹੈ ਉਹ ਵੀ ਨੈਗੇਟਿਵ ਆਈ ਹੈ ਜਿੱਥੇ ਕਿ ਇਹਨਾਂ ਦੇ ਜਿਹੜੇ ਪੁਲਿਸ ਕਰਮੀ ਜਿਹੜੇ ਐਸ ਐਚਓ ਨੇ ਏਐਸਆਈ ਨੇ ਔਰ ਡਰਾਈਵਰ ਨੇ ਉਹਨਾਂ ਦੇ ਸੰਪਰਕ ਦੇ ਵਿੱਚ ਤਕਰੀਬਨ ਆਏ ਪੁਲਿਸ ਕਰਮੀਆਂ ਦੇ 115 ਸੈਂਪਲ ਭਰੇ ਗਏ ਨੇ ਜਿਨ੍ਹਾਂ ਦੇ ਵਿੱਚੋਂ 68% ਰਿਪੋਰਟ ਆ ਚੁੱਕੀ ਹੈ ਤੇ ਬਾਕੀ ਹਜੇ ਪੈਂਡਿੰਗ ਹੈ ਤੁਸੀਂ ਦੇਖ ਸਕਦੇ ਹੋ ਇਸ ਵਾਰ ਤਸਵੀਰਾਂ ਸਿੱਧੀਆਂ ਲੁਧਿਆਣਾ ਬਸਤੀ ਜੋਧੇਵਾਲ ਦੀਆਂ ਜਿੱਥੇ ਇਹ ਜਿਹੜੇ ਤਿੰਨ ਸੰਪਰਕ ਦੇ ਵਿੱਚ ਮੁਲਾਜ਼ਮ ਆਏ ਸਨ ਇਹੀ ਉਹ ਥਾਣਾ ਹੈ ਬਸਤੀ ਜੋਧੇਵਾਲ ਦਾ ਹਾਲਾਂਕਿ ਕਰੋਨਾ ਵਾਇਰਸ ਲਗਾਤਾਰ ਆਪਦੀ ਸਪੀਡ ਦੇ ਨਾਲ ਵੱਧਦਾ ਜਾ ਰਿਹਾ ਹੈ ਇਸ ਦੀ ਜਿਹੜੀ ਚੇਨ ਨੂੰ ਤੋੜਨ ਦੇ ਲਈ ਆਪਦੀ ਜ਼ਿੰਮੇਵਾਰੀ ਜ਼ਰੂਰ ਸਮਝਣੀ ਪਾਏਗੀ ਸੋਸ਼ਲ ਡਿਸਟੈਂਸਿੰਗ ਦਾ ਸਾਫ਼-ਸਾਫ਼ ਮਹੱਤਵ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਰਿਹਾ ਹੈ। ਇहतਿਆਤ ਦੇ ਤੌਰ ਤੇ ਪੁਲਿਸ ਵਿਭਾਗ ਵੱਲੋਂ ਜਿਹੜੇ ਪੁਲਿਸ ਕਰਮੀ ਨੇ ਕਰੋਨਾ ਵਾਇਰਸ ਦੇ ਬਚਾਅ ਲਈ ਉਹਨਾਂ ਨੂੰ ਫੇਸ ਸ਼ੀਲਡਾਂ ਵੀ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਤਾਂ ਕਿ ਕਰੋਨਾ ਵਾਇਰਸ ਤੋਂ ਉਹਨਾਂ ਦਾ ਬਚਾਅ ਕੀਤਾ ਜਾ ਸਕੇ। ਕੈਮਰਾ ਪਰਸਨ ਹੇਮਤ ਸਿੰਘ ਦੇ ਨਾਲ ਵਰੁਣ ਸਗੜ ਧੈਨਿਕ ਸਵੇਰਾ ਟੀਵੀ ਲੁਧਿਆਣਾ।